ਹਾਂਜੀ ਸਾਸ਼ੀ ਕਾਲ ਜੀ ਇਹ ਵੀਡੀਓ ਆਪਣੇ ਓਨਾ ਭੈਣ ਭਰਾਵਾਂ ਵਾਸਤੇ ਅੱਜ ਦੀ ਜਿਹੜੇ ਵੀਰ ਆਪਣੇ ਪੁਰਤਕਾਲ ਦੇ ਵਿੱਚ ਪੇਪਰ ਬਣਾਣ ਆ ਰਹੇ ਨੇ ਜਰਮਨ ਤੋਂ ਫਰਾਂਸ ਤੋਂ ਬੈਲਜੀਅਮ ਤੋਂ ਇਟਲੀ ਤੋਂ ਕਿਤੇੋਂ ਵੀ ਤੁਸੀਂ ਜੇ ਪੁਰਤਕਾਲ ਦੇ ਵਿੱਚ ਆ ਰਹੇ ਹੋ ਜੇ ਤੁਹਾਡੀ ਮੇਲ ਆਈ ਹੋਈ ਹੈ ਤੇ ਇਹਨਾਂ ਗੱਲਾਂ ਦਾ ਜਰੂਰ ਥੋੜਾ ਜਿਹਾ ਵੀਰੇ ਧਿਆਨ ਰੱਖਿਓ ਜੋ ਆਪਾਂ ਵੀਡੀਓ ਦੇ ਵਿੱਚ ਕਰਨ ਲੱਗੇ ਹਾਂ ਜੋ ਆਪਣੇ ਭਰਾਵਾਂ ਦੇ ਨਾਲ ਹੋਇਆ ਆ ਕਿ ਉਹ ਤੁਹਾਡੇ ਨਾਲ ਨਾ ਹੋ ਸਕੇ ਸੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਜੀ ਤੁਸੀਂ ਪੁਰਤਕਾਲ ਦੇ ਵਿੱਚ ਆ ਰਹੇ ਹੋ ਇਸ ਟਾਈਮ ਦੇ ਉੱਤੇ ਤੇ ਚਲੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਜਿੱਦਾਂ ਕਿ ਜਾਰਾ ਤੁਹਾਨੂੰ ਮੈਂ ਸਿੱਧੀ ਗੱਲ ਦੱਸ ਦਵਾਂ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਭਰਾਵਾਂ ਨੂੰ ਹੁਣ ਮੇਲਾ ਜਿਹੜੀਆਂ ਆਉਂਦੀਆਂ ਕਈਆਂ ਨੂੰ ਅਪਾਇੰਟਮੈਂਟਾਂ ਮਿਲ ਗਈਆਂ ਹੋਈਆਂ ਜਾਂ 2 ਤੋਂ 3 ਦਿਨ ਦੇ ਵਿੱਚ ਵਿੱਚ ਜਿਹੜੀਆਂ ਕ ਅਪਾਇੰਟਮੈਂਟਾਂ ਮਿਲ ਚੁੱਕੀਆਂ ਕਈਆਂ ਨੂੰ 20 ਦੀ ਮਿਲ ਗਈ ਕਿਸੇ ਨੂੰ 21 ਦੀ ਮਿਲ ਗਈ ਠੀਕ ਹੈ ਜੀ ਤੇ ਜਿਹੜੇ ਵੀਰ ਆਪਣੇ ਹੁਣ ਕਈ ਪੁਰਤਗਾਲ ਤੋਂ ਬਾਹਰ ਵੀ ਰਹਿ ਰਹੇ ਨੇ ਜਿੱਦਾਂ ਤੁਹਾਨੂੰ ਪਤਾ ਇਹ ਕੰਮਕਾਰ ਆਪਾਂ ਨੂੰ ਕਰਨਾ ਹੀ ਪੈਂਦਾ ਹੈ ਪੇਪਰ ਪੁਰਤਗਾਲ ਵਿੱਚ ਕਈਆਂ ਭਰਾਵਾਂ ਲਾਏ ਹੁੰਦੇ ਆ ਤੇ ਰਹਿੰਦੇ ਬਾਹਰ ਅੰਦਰ ਸੋ ਉਹਨਾਂ ਵੀਰਾਂ ਵਾਸਤੇ ਇਹ ਵੀਡੀਓ ਹੈ ਕਿ ਜੇ ਤੁਸੀਂ ਵੀਰ ਮੇਰੇਓ ਕਿਤੇ ਬਾਹਰ ਕੰਮ ਕਰ ਰਹੇ ਹੋ ਜੇ ਤੁਸੀਂ ਪੁਰਤਗਾਲ ਦੇ ਵਿੱਚ ਇੰਟਰ ਹੋ ਰਹੇ ਹੋ ਤਾਂ ਵੀਰ ਮੇਰੇਓ ਬਾਰਡਰ ਸਿਕਿਉਰਿਟੀ ਬਹੁਤ ਬਾਅਦ ਚੁੱਕੀ ਆਏ ਕੱਲ ਆਪਣੇ 2 ਕੇ 3 ਭਰਾ ਜਿਹੜੇ ਜਰਮਨ 에ਅਰਪੋਰਟ ਤੋਂ ਉਹਨਾਂ ਨੇ ਫੜੇ ਨੇ ਤੇ ਉਹ ਵੀਰ ਮੇਰੇਓ ਸਿੱਧੇ ਹੀ ਉਹਨਾਂ ਨੇ ਜਿਹੜੇ ਕਿ ਡਿਪੋਰਟ ਕਰ ਦਿੱਤੇ ਆ ਠੀਕ ਹੈ ਜੀ ਕਿਉਂਕਿ ਉਹਨਾਂ ਦੇ ਕੋਲ ਜਦੋਂ ਬਾਈਅਰ ਚੜਨ ਲੱਗੇ ਸੀ ਉਹਨਾਂ ਕੋਲ ਉਹਨਾਂ ਦੇ ਪਾਸਪੋਰਟ ਹੈਗੇ ਸੀ ਸੋ ਉਹ ਵੀਰਾਂ ਨੂੰ ਜਿਹੜੇ ਕਿ ਡਿਪੋਰਟ ਕਰ ਦਿੱਤੇ ਨੇ ਇੰਡੀਆ ਨੂੰ ਜੇ ਤੁਸੀਂ ਵੀਰ ਮੇਰੇ ਉਪਰਤਕਾਲ ਦੇ ਵਿੱਚ ਕਿਤੇ ਹੋងੀ ਕਿਸੇ ਵੀ ਕੰਟਰੀ ਦੇ ਵਿੱਚ ਜਰਮਨ ਤੋਂ ਫਰਾਂਸ ਤੋਂ ਕਿਤੇ ਹੋ ਵੀ ਤੁਸੀਂ ਆ ਰਹੇ ਹੋ ਬਾਈ ਮੈਂ ਤੁਹਾਨੂੰ ਸਿੱਧੀ ਸਲਾਹ ਦਊਂਗਾ ਬਾਈਅਰ ਨਾਓ ਹਰ ਇੱਕ ਦੀ ਕਿਸਮਤ ਇੱਕੋ ਜੀ ਨਹੀਂ ਹੈ ਕਿ ਠੀਕ ਹੈ ਨਾ ਕਈ ਵੀਰ ਚਲੋ ਆਪਣੇ ਨੰਗ ਜਾਂਦੇ ਪਹਿਲਾਂ ਨੰਗ ਜਾਂਦੇ ਸੀਗੇ ਹੁਣ ਬਹੁਤ ਔਖਾ ਹੋਇਆ ਪਿਆ ਵਾ ਜਿੰਨੇ ਵੀ ਆਪਣੇ ਭੈਣ ਭਰਾ ਜੇ ਤੁਹਾਡੀਆਂ ਮੇਲਾਂ ਆਈਆਂ ਹੋਈਆਂ ਘੱਟੋ-ਘੱਟ ਨਹੀਂ ਤੇ ਤੁਸੀਂ 1 ਮਹੀਨਾ ਪਹਿਲਾਂ ਪੁਰਤਗਾਲ ਦੇ ਵਿੱਚ ਆ ਜਾਓ ਜੇ ਤੁਹਾਨੂੰ ਅਪਾਇੰਟਮੈਂਟ ਮਿਲੀ ਹੋਈ ਹੈ ਤੇ ਜਿੱਦਣ ਦੀ ਮਿਲੀ ਹੋਈ ਹੈ ਉਸ ਤੋਂ 10 ਦਿਨ ਜਾਂ 15 ਦਿਨ ਪਹਿਲਾਂ ਜਿਹੜੇ ਕਿ ਪੁਰਤਗਾਲ ਦੇ ਵਿੱਚ ਇੰਟਰ ਹੋ ਜਵੋ ਦੂਸਰੇ ਨੰਬਰ ਤੇ ਤੋਂ ਦੂ ਜਿਹੜੇ ਪੇਪਰਾਂ ਦੇ ਆਪਣੇ ਡਾਕੂਮੈਂਟ ਰੈਡੀ ਕਰਨ ਦੇ ਵਿੱਚ ਜਿਹੜਾ ਕਿ ਟਾਈਮ ਮਿਲ ਜਾਵੇ ਹੁਣ ਕਈ ਵੀਰ ਮੌਕੇ ਦੇ ਉੱਤੇ ਆਉਂਦੇ ਨੇ ਆਪਣੇ ਡਾਕੂਮੈਂਟ ਨਹੀਂ ਉਹਨਾਂ ਕੋਲ ਸਹੀ ਹੋਣ ਦੇ ਦੂਸਰੇ ਨੰਬਰ ਤੇ ਜਿਹੜਾ ਵੀ ਕੋਈ ਮਿਲਦਾ ਪਿਆ ਲੋਕੀ ਉਹਨਾਂ ਨੂੰ ਠੱਗਣ ਤੇ ਲੱਗੇ ਹੋਏ ਨੇ ਕੋਈ 200 ਲੈ ਗਿਆ ਕੋਈ 300 ਲੈ ਗਿਆ ਕੋਈ 400 ਲੈ ਗਿਆ ਕਿਉਂਕਿ ਵੀਰ ਮੇਰੇ ਜਿਹੜੇ ਆਉਂਦੇ ਨੇ ਬਾਹਰ ਇਹਨਾਂ ਨੂੰ ਪੇਪਰਾਂ ਦਾ ਜ਼ਿਆਦਾਤਰ ਪਤਾ ਨਹੀਂ ਲੱਗਦਾ ਤੇ ਵੀਰ ਜਿਹੜੇ ਆਪਣੇ ਪੁਰਤਕਾਲ ਦੇ ਵਿੱਚ ਬੈਠੇ ਹੋਏ ਨੇ ਸਾਰੇ ਬੈਠੇ ਹੋਏ ਨੇ ਟੀਕਾ ਲਾਉਣ ਨੂੰ ਵੀਰੇ ਜਿਹਦਾ ਦਾ ਲੱਗਦਾ ਲਾਈ ਜਾਂਦਾ ਵੈ ਸੋ ਵੀਰ ਵੀਰੋ ਜਿੰਨੇ ਵੀ ਤੁਸੀਂ ਪੁਰਤਕਾਲ ਦੇ ਵਿੱਚ ਆ ਰਹੇ ਹੋ ਜਾਂ ਕਿਸੇ ਕਿਸੇ ਵੀ ਤਰੀਕੇ ਦੇ ਨਾਲ ਆ ਰਹੇ ਹੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਕਿ ਬਾਏ 에ਅਰ ਨਾਲ ਬਾਕੀ ਬਹੁਤ ਤਰੀਕੇ ਨੇ ਬਾਸ ਰਾਂ ਹੀ ਗੱਡੀ ਰਾਂ ਹੀ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਵੈ ਕਿ ਹਾਂ ਵੀ ਕਿ ਹੈਗਾ ਯਾਰ ਤੁਹਾਡੇ ਕੋਲ ਜੇ ਕਾਰਡ ਆ ਤਾਂ ਫੇਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਤੁਹਾਨੂੰ ਪਤਾ ਹੀ ਹੈ ਕਿ ਕਾਰਡ ਜਿਹੜੇ ਕਾਰਡ ਤੇ ਆਉਣੇ ਬੰਦੇ ਉਹਨਾਂ ਨੂੰ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ ਪਰ ਜਿਨ੍ਹਾਂ ਕੋ ਜਿਨ੍ਹਾਂ ਨੇ ਨਹੀਂ ਹੈ ਨਵੇਂ ਆਉਣੇ ਵੀਰ ਮੇਰੇ ਪੁਰਤਕਾਲ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆ ਰਹੇ ਹੋ ਜਰੂਰ ਪੁਰਤਕਾਲ ਦੇ ਵਿੱਚ ਆਓ ਜੇ ਤੁਹਾਡੇ ਡਾਕੂਮੈਂਟ ਬਣਨਦੇ ਆ ਬਣਾਓ ਕਿਉਂਕਿ ਪਰ ਇਹ ਫਲਾਈਟ ਰਹੀਂ ਨਾ ਉਹ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਵੀਡੀਓ ਬਣਾਉਣੀ ਨਹੀਂ ਕਿਉਂਕਿ ਵੀਡੀਓ ਬਣਾਉਣੀ ਬਣਦੀ ਨਹੀਂ ਹੈਗੀ ਕਿਉਂਕਿ ਸਹੀ ਤਰੀਕੇ ਦੇ ਨਾਲ ਜੋ ਆਪਾਂ ਲੀਗਲੀ ਕੰਮ ਕਰਦੇ ਆ ਪਰ ਆਪਣੇ ਭਰਾਵਾਂ ਦੇ ਨਾਲ ਬਹੁਤ ਹੋ ਚੁੱਕਾ ਮੈਂ ਕਹਿੰਦਾ ਕਿਸੇ ਹੋਰ ਵੀਰ ਦੇ ਨਾਲ ਇਹ ਚੀਜ਼ ਨਾ ਹੋਵੇ ਸੋ ਜਿੰਨੇ ਵੀ ਆਪਣੇ ਭਰਾਣ ਭਰਾ ਆ ਰਹੇ ਕਿ ਜਰੂਰ ਕਰਿਓ ਸ਼ੇਅਰ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਕਿਉਂਕਿ ਆਪਾਂ ਥੋੜੀ ਦੇਰ ਬਾਅਦ ਇਹ ਵੀਡੀਓ ਮੁਰਕ ਕੇ ਡਿਲੀਟ ਵੀ ਕਰ ਦੇਣੀ ਆ ਕਿਉਂਕਿ ਪਰਮਾਨੈਂਟ ਨਹੀਂ ਰਹਿਣ ਦੇਣੀ ਤੁਹਾਨੂੰ ਪਤਾ ਹੈ ਹਰ ਇੱਕ ਘੰਟੇ ਦੇ ਵੱਖਰੇ ਵੱਖਰੇ ਰੂਲ ਹੁੰਦੇ ਨੇ ਸੋ ਜਿੰਨੇ ਵੀ ਆਪਣੇ ਭਰਾ ਆ ਰਹੇ ਨੇ ਤੁਹਾਡੇ ਵਾਸਤੇ ਇਹ ਵੀਡੀਓ ਹੈ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਜਿਹੜੇ ਵੀਰਾਂ ਦੇ ਭੈਣ ਭਰਾ ਕੋਈ ਵੀ ਆ ਰਿਹਾ ਵੈ ਉਹਨਾਂ ਨੂੰ ਸਿੱਧੀ ਗੱਲ ਦੱਸਿਓ ਕਿ ਬਾਈ ਫਲੈਟ ਰਾਈ ਨਾ ਜਾਓ ਹੋਰ ਤਰੀਕੇ ਬਥੇਰੇ ਨੇ ਬਹੁਤ ਰਾਹ ਨੇ ਉਧਰ ਦੀ ਜਾਓ ਠੀਕ ਹੈ ਜੀ ਜੋ ਕਿ ਯਾਰ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਸਾਰੇ ਜਾਣੇ ਬੜੇ ਪੈਸੇ ਲਾ ਲਾ ਕੇ ਬੜੇ ਜਦੋਂ ਇੰਡੀਆ ਤੋਂ ਉਹਨੂੰ ਉਦੋਂ ਵੀ 10-15 ਲੱਖ ਰੁਪਇਆ ਬੰਦਾ ਲਾ ਕੇ ਆਉਂਦਾ ਜਦੋਂ ਪੁਰਤਗਾਲ ਦੇ ਵਿੱਚ ਪੇਪਰ ਭਰਦਾ ਵੈ ਬਹੁਤ ਲੋਕਾਂ ਨਾਲ ਠੱਗੀ ਵੀ ਹੁੰਦੀ ਨੇ ਬਹੁਤ ਲੋਕ ਆਪਣੇ ਇੱਥੇ 4-4 5-5 ਹਜ਼ਾਰ ਯੂਰੋ ਵੀ ਲੈ ਜਾਂਦੇ ਆ ਕੰਟਰੈਕਟ ਲਾਉਂਦਾ ਕਿਉਂਕਿ ਬੰਦਿਆਂ ਨੂੰ ਤੇ ਸਾਰਾ ਆਪਣਾ ਕਿਤੇ ਕੰਮ ਕੀਤਾ ਕਿਤਾ ਮਿੱਟੀ ਨਾ ਕਰ ਲਿਓ ਸੋ ਬਾਕੀ ਇਹ ਵੀਡੀਓ ਉਹਨਾ ਭੈਣ ਭਰਾਵਾਂ ਲਈ ਆ ਜਿਹੜੇ ਪੁਰਤਕਾਲ ਦੇ ਵਿੱਚ ਇੰਟਰ ਹੋ ਰਹੇ ਨੇ ਸੋ ਮਿਲਦੇ ਹਾਂ ਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ